ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਬਾਬਾ ਨਾਨਕ ਨੇ ਜਿਹੜੀ ਲੰਗਰ ਦੀ ਪ੍ਰਥਾ ਚਲਾਈ ਸੀ ਸਾਰੀ ਦੁਨੀਆ ਦੇ ਵਿੱਚ, ਸਿੱਖਾਂ ਦਾ ਜੇ ਕਿਤੇ ਵੱਖਰੀ ਆਈਡੈਂਟੀ ਬਣਦੀ ਹੈ, ਉਹਦੇ 'ਚ ਸਭ ਤੋਂ ਵੱਡੀ ਸੰਸਥਾ ਜਿਹੜੀ ਸਾਡੀ ਬਣਦੀ ਹੈ ਉਹ ਲੰਗਰ ਬਣਦੀ ਹੈ। ਹਰ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਜਿਹੜਾ ਹੈ ਲੰਗਰ ਚੱਲਦਾ, ਅਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖ ਕੌਮ ਇੱਕ ਐਸੀ ਕੌਮ ਹੈ ਬਿਨਾਂ ਕਿਸੇ ਭੇਦਭਾਵ ਤੋਂ ਜਿਹੜਾ ਹੈ ਉਹ ਲੰਗਰ ਉੱਥੇ ਪੰਗਤ ਔਰ ਸੰਗਤ ਦੀ ਜਿਹੜੀ ਗੱਲ ਹੈ ਉਹ ਹੁੰਦੀ ਹੈ। ਇਹ ਤਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ GST ਲਾਗੂ ਹੋਇਆ ਕੇਂਦਰ ਸਰਕਾਰ ਵੱਲੋਂ, ਅਤੇ ਲਗਾਤਾਰ ਮੰਗ ਕੀਤੀ ਗਈ ਕਿ ਲੰਗਰ ਦੇ ਉੱਤੇ GST, ਜਿਹੜੀ ਲੰਗਰ ਦੇ ਵਿੱਚ ਰਸਦ ਆਉਂਦੀ ਹੈ ਉੱਥੇ GST ਨਹੀਂ ਲੱਗਣੀ ਚਾਹੀਦੀ। ਪਹਿਲਾਂ ਪੰਜਾਬ ਸਰਕਾਰ ਨੇ, ਕੈਪਟਨ ਸਰਕਾਰ ਨੇ ਕਿਹਾ ਕਿ ਅਸੀਂ ਸਟੇਟ ਦੇ ਜਿਹੜਾ ਹਿੱਸਾ ਹੈ ਉਹ ਅਸੀਂ ਨਹੀਂ ਲਵਾਂਗੇ, ਅਤੇ ਕੱਲ੍ਹ ਕੇਂਦਰ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਕਿ ਉਹਨਾਂ ਨੇ ਇੱਕ ਸੇਵਾ ਭੋਜ ਯੋਜਨਾ ਚਲਾ ਕੇ ਇਹ ਕਿਹਾ ਕਿ ਅਸੀਂ ਵੀ ਸਹਾਇਤਾ ਦੇਵਾਂਗੇ। ਕਿਹੜੀ ਸਹਾਇਤਾ? ਕਿ ਜਿਹੜੇ ਵੀ ਲੰਗਰ ਦੇ ਵਿੱਚ ਟੈਕਸ ਦਿੱਤਾ ਜਾਏਗਾ ਉਹ ਅਸੀਂ ਵਾਪਸ ਕਰ ਦਾਂਗੇ। 320 ਕਰੋੜ ਰੁਪਏ ਉਹਨਾਂ ਨੇ ਸਾਲ ਦੇ ਇਸ ਕੰਮ ਲਈ ਰੱਖੇ ਨੇ। ਨਾ ਸਿਰਫ ਗੁਰਦੁਆਰਿਆਂ ਦੇ ਲੰਗਰ ਦੀ ਗੱਲ ਕੀਤੀ, ਸਾਰੀਆਂ ਧਾਰਮਿਕ ਸੰਸਥਾਵਾਂ, ਚਰਚ, ਮਸਜਿਦ, ਮੰਦਰ ਸਾਰੇ ਉਹਦੇ ਵਿੱਚ ਆਉਂਦੇ ਨੇ, ਜਿਹੜੇ ਮਹੀਨੇ ਦੇ 5000 ਤੋਂ ਵੱਧ ਬੰਦਿਆਂ ਨੂੰ ਜਿਹੜਾ ਹੈ ਫੂਡ ਮੁਹੱਈਆ ਕਰਾਉਂਦੇ ਨੇ ਜਾਂ ਲੰਗਰ ਛਕਾਉਂਦੇ ਨੇ। ਇਹ ਗੱਲ ਅਤੇ ਇਸ 'ਤੇ ਬੜੀ ਲਗਾਤਾਰ ਸਿਆਸਤ ਹੋ ਰਹੀ ਹੈ। ਸਿਆਸਤ ਵੀ ਕੀ ਕਿ ਹਰ ਬੀਬਾ ਹਰਸਿਮਰਤ ਕੌਰ ਤੋਂ ਕ੍ਰੈਡਿਟ ਦਿੱਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਉਹਨਾਂ ਨੇ ਇਹ ਸਾਰਾ ਕੁਛ ਕਰਾਇਆ, ਅਤੇ ਉਹ ਵੀ ਕਹਿ ਰਹੇ ਨੇ ਕਿ ਸਿੱਖਾਂ ਨੇ ਸਾਰੇ ਹਿੰਦੁਸਤਾਨ ਦੇ ਧਾਰਮਿਕ ਸਥਾਨਾਂ ਲਈ ਇਹ ਵੱਡਾ ਕੰਮ ਕੀਤਾ। ਔਰ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿ ਰਹੇ ਨੇ ਖੁਸ਼ੀ ਦੀ ਲਹਿਰ ਦੌੜ ਗਈ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਖੁਸ਼ੀ ਦੀ ਗੱਲ ਕਰ ਰਹੇ ਨੇ। ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਮੁਬਾਰਕਬਾਦ ਦੇ ਰਹੇ, ਸਮਝ ਨਹੀਂ ਆ ਰਿਹਾ ਕਾਹਦੀ ਮੁਬਾਰਕਬਾਦ ਕੀ ਹੋ ਰਿਹਾ। ਉੱਥੇ ਦੀ ਇੱਕ ਵਾਰਤ ਜ਼ਰੂਰ ਪੜ੍ਹਨੀ ਚਾਹੀਦੀ ਹੈ, ਉਹਦੇ 'ਚ ਲਿਖਿਆ ਕਿ ਸਹਾਇਤਾ ਦਿੱਤੀ ਜਾਏਗੀ। ਕੀ ਲੰਗਰ ਸਹਾਇਤਾ ਨਾਲ ਚੱਲਦਾ? ਕੀ ਜਦੋਂ ਅਕਬਰ ਬਾਦਸ਼ਾਹ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਜਿਹੜਾ ਹੈ ਲੰਗਰ ਲਈ ਸਹਾਇਤਾ ਦੇਣ ਨੂੰ ਤਿਆਰ ਹੈ, ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਲੰਗਰ ਕਿਸੇ ਦੀ ਸਹਾਇਤਾ ਨਾਲ ਨਹੀਂ ਚੱਲਦਾ। ਸਮਝ ਨਹੀਂ ਆਉਂਦੀ ਇਹ ਕਿਸ ਕਿਸਮ ਦੀ ਸਿਆਸਤ ਹੈ। ਇਸ ਸਿਆਸਤ 'ਤੇ ਲੰਗਰ, GST, ਇਹ 'ਤੇ ਜਿਹੜੀ ਹੋ ਰਹੀ ਸਿਆਸਤ ਅੱਜ ਅਸੀਂ ਚਰਚਾ ਕਰਾਂਗੇ, ਅਤੇ ਚਰਚਾ ਕਰਨ ਲਈ ਮੇਰੇ ਨਾਲ ਅੱਜ ਸਟੂਡੀਓ 'ਚ ਕੁਛ ਵਿਦਵਾਨ ਦੋਸਤ ਆਏ ਨੇ। ਮੇਰੇ ਨਾਲ ਬੈਠੇ ਨੇ ਦਰਸ਼ਨ ਸਿੰਘ ਦਰਸ਼ਕ, ਇਹ ਸੀਨੀਅਰ ਪੱਤਰਕਾਰ ਨੇ, ਅਤੇ ਡਾਕਟਰ ਗੁਰਮੀਤ ਸਿੰਘ ਸਿੱਧੂ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਿਲੀਜੀਅਸ ਸਟੱਡੀ ਦੇ ਮੁਖੀ ਨੇ, ਅਤੇ ਨਾਲ ਸਤਪਾਲ ਸਿੰਘ ਸਿੱਧੂ ਸਾਹਿਬ, ਅੱਜ ਇੱਕ ਵੱਖਰੀ ਜਿਹੜੀ ਹੈ ਪਹਿਚਾਣ ਲੋਕ ਪ੍ਰਤੀਨਿਧ ਦੇ ਤੌਰ 'ਤੇ ਆਏ ਨੇ, SSP ਫਰੀਦਕੋਟ ਰਹੇ ਨੇ ਅਦਰਵਾਈਜ਼, ਲੇਕਿਨ ਅੱਜ ਅਸੀਂ ਉਹਨਾਂ ਨੂੰ ਹੋਰ ਵੱਖਰੇ ਰੂਪ ਦੇ ਵਿੱਚ ਇੱਥੇ ਸੱਦਿਆ। ਸੋ ਤੁਹਾਡਾ ਸਭ ਦਾ ਸਵਾਗਤ ਹੈ ਜੀ ਇੱਥੇ। ਦਰਸ਼ਨ ਜੀ, ਜਿਵੇਂ ਮੈਂ ਕਿਹਾ, ਤੁਸੀਂ ਕੀ ਸਮਝਦੇ ਹੋ GST ਬਹੁਤ ਖੁਸ਼ੀ ਦੀ ਗੱਲ ਹੋ ਗਈ ਹੈ? GST ਜਿਹੜੇ ਲੰਗਰ ਨੇ, ਹਾਂਜੀ, ਇਹ ਸਰਕਾਰਾਂ ਦੀ ਸਹਾਇਤਾ ਦੇ ਨਾਲ ਨਹੀਂ ਚੱਲਦੇ ਹੈਗੇ ਜੀ। ਅੱਜ ਜੇਕਰ ਤੁਹਾਨੂੰ ਅੰਤਰਰਾਸ਼ਟਰੀ ਤੌਰ ਤੇ ਦੇਖੀਏ, ਖਾਲਸਾ ਏਡਸ ਵੱਲੋਂ ਦੁਨੀਆ ਭਰ ਨੂੰ ਲੰਗਰ ਦਿੱਤਾ ਜਾਂਦਾ, ਜਿੱਥੇ ਵੀ ਕੋਈ ਸਹਾਇਤਾ ਨਹੀਂ ਪਹੁੰਚਦੀ ਉੱਥੇ ਉਹ ਦਿੰਦੇ ਆ। ਉਹ ਕਿਹੜਾ GST ਦੇ ਨਾਲ ਚੱਲਦੇ ਆ? ਜੇ GST ਸਰਕਾਰ ਨੇ ਕੋਈ ਮਾਫ਼ ਵੀ ਕਰ ਦਿੱਤਾ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਸੀਗੀ। ਜਿਹੜੇ ਗੁਰਦੁਆਰਿਆਂ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ ਜਾਂ ਹੋਰ ਇਤਿਹਾਸਕ ਗੁਰਦੁਆਰੇ, ਜਿੰਨੇ ਵੀ ਗੁਰਦੁਆਰੇ ਜਾਂ ਹੋਰ ਮੰਦਰ, ਇਹ ਜਿਹੜੇ GST ਦੇ ਸਿਰ ਤੇ ਨਹੀਂ ਚੱਲਦੇ ਸੀਗੇ, ਇਹ ਸਿੱਧੀ ਸਿੱਧੀ ਸਿਆਸਤ ਹੈ। ਹਾਂਜੀ, ਤੇ ਜਦੋਂ ਹੁਣ ਭਾਜਪਾ ਦੀ ਤੇ ਅਕਾਲੀ ਦਲ ਦੀ ਬਹੁਤ ਜ਼ਿਆਦਾ ਕਿਰਕਰੀ ਹੋ ਰਹੀ ਸੀਗੀ, ਤੇ ਜੇ ਸਰਕਾਰ ਚਾਹੁੰਦੀ ਤਾਂ ਪਹਿਲਾਂ ਹੀ ਸ਼ੁਰੂ ਕਰ ਦਿੰਦੀ। ਦਰਸ਼ਨ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹਦੇ ਨਾਲ ਮੈਂ ਆਪਣੇ ਦਰਸ਼ਕਾਂ ਨੂੰ ਸੱਦਾ ਦਿੰਦਾ ਜਿਹੜੇ ਸਾਡੇ ਨਾਲ ਜੁੜੇ ਨੇ, ਜੇ ਤੁਸੀਂ ਵੀ ਸਾਡੇ ਨਾਲ ਕੋਈ ਸਵਾਲ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਬਾਹਰ ਨੂੰ ਜਾਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ, ਤਾਂ ਨੰਬਰ ਨੋਟ ਕਰ ਲਓ, 01175065 9 01755 06 1949, ਅਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਸਿੱਧੂ ਸਾਹਿਬ, ਤੁਸੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰਿਲੀਜੀਅਸ ਸਟੱਡੀ ਹੈ ਉਹਦੇ ਤੁਸੀਂ ਸਿੱਖ ਚਿੰਤਕ ਹੋ, ਵੱਡੇ ਉਹਦੇ ਮੁਖੀ ਹੋ, ਤੁਹਾਨੂੰ ਕੀ ਲੱਗਦਾ ਕਿ GST ਨਾਲ ਬਹੁਤ ਵੱਡਾ ਮਾਰਕਾ ਮਾਰ ਲਿਆ? ਨਾ, ਪਹਿਲੀ ਗੱਲ ਤਾਂ ਮਾਲੀਆ ਸਾਹਿਬ ਇਹ ਹੈ ਕਿ ਜਦੋਂ ਤੁਸੀਂ ਦੱਸਿਆ ਜੀ ਕਿ ਇਹਨਾਂ ਨੇ ਕੋਈ ਸਾਂਝੇ ਭੋਜ ਦੀ ਵਿਵਸਥਾ ਦੇ ਵਿੱਚ ਸਾਰੇ ਧਰਮਾਂ ਨੂੰ ਕੀਤਾ, ਸਾਨੂੰ ਇਹ ਸਮਝਣਾ ਚਾਹੀਦਾ ਕਿ ਲੰਗਰ ਕੋਈ ਭੋਜਨ ਨਹੀਂ ਹੈ ਇਕੱਲਾ। ਲੰਗਰ ਇੱਕ ਪਵਿੱਤਰ ਭੋਜਨ ਹੈ, ਉਹ ਪਵਿੱਤਰ ਭੋਜਨ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ, ਤੇ ਉਹ ਸੰਗਤ ਦੇ ਲਈ ਹੈ, ਤੇ ਸੰਗਤ ਦੇ ਲਈ ਜਿਹੜਾ ਲੰਗਰ ਹੈ ਉਹ ਕਿਰਤ ਕਮਾਈ ਦੇ ਵਿੱਚ ਹੋਣਾ ਚਾਹੀਦਾ। ਤੇ ਹੁਣ ਤੋਂ ਲੈ ਕੇ
ਜੇ ਆਪਾਂ ਪਿੱਛੇ ਤੱਕ ਜਾਈਏ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਿੱਖ ਸੰਗਤ ਆਪਣੇ ਸਾਧਨਾਂ ਦੇ ਨਾਲ ਆਪਣੀ ਕਿਰਤ ਕਮਾਈ ਦੇ ਨਾਲ ਲੰਗਰ ਚਲਾਉਂਦੀ ਰਹੀ ਹੈ। ਪਰੰਤੂ ਇਹ ਮੰਦਭਾਗਾ ਫੈਸਲਾ ਹੋਇਆ ਕਿ ਪਿਛਲੇ ਸਮੇਂ 'ਚ ਜਦੋਂ GST ਲਾਗੂ ਕੀਤੀ ਗਈ ਤਾਂ ਲੰਗਰ ਨੂੰ ਵੀ GST ਦੇ ਦਾਇਰੇ ਦੇ ਵਿੱਚ ਲਿਆਂਦਾ ਗਿਆ। ਦੁਨੀਆਂ ਭਰ ਦੇ ਸਿੱਖਾਂ ਨੇ ਇਸ ਗੱਲ 'ਤੇ ਆਪਣੀ ਆਵਾਜ਼ ਉਠਾਈ। ਆਵਾਜ਼ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੂੰ ਕੁੱਝ ਨਾ ਕੁੱਝ ਫੈਸਲਾ ਲੈਣਾ ਪੈਣਾ ਸੀਗਾ। ਪਰੰਤੂ ਜੋ ਫੈਸਲਾ ਲਿਆ ਸਰਕਾਰ ਨੇ ਉਹ ਇੰਨਾ ਮੰਦਭਾਗਾ ਹੈ, ਜੇ ਅਸੀਂ ਉਹਦੀ ਵਾਰਤ ਪੜ੍ਹੀਏ ਜੋ ਉਹਨਾਂ ਨੇ ਡਿਜ਼ਾਇਨਿੰਗ ਕੀਤੀ ਹੈ ਕਿ ਸਾਰੇ ਧਰਮਾਂ ਨੂੰ, ਪਹਿਲੀ ਗੱਲ ਤਾਂ ਸਿੱਖ ਪੰਥ ਦੀ ਇੱਕ ਆਪਣੀ ਵਿਲੱਖਣਤਾ ਹੈ। ਅੱਜ ਅਸੀਂ ਬੀਬਾ ਸਿਮਰਤ ਦੀ ਗੱਲ ਕਰਦੇ ਹਾਂ, ਅੱਜ ਤੋਂ 25 ਸਾਲ ਪਹਿਲਾਂ ਇਹੀ ਸ਼੍ਰੋਮਣੀ ਅਕਾਲੀ ਦਲ ਧਾਰਾ 25 ਦੀ ਗੱਲ ਕਰਦਾ ਸੀ, ਸਿੱਖ ਇੱਕ ਵੱਖਰੀ ਕੌਮ ਦੀ ਗੱਲ ਕਰਦਾ ਸੀਗਾ। ਪਰੰਤੂ ਲੰਗਰ ਨੂੰ ਉਹ ਸਾਰੇ ਧਰਮਾਂ ਦੇ ਵਿੱਚ ਇੱਕ ਮਿਕਸ ਕਰ ਦੇਣਾ, ਇਹ ਆਪਣੇ ਆਪ ਚ ਹੀ ਸਿੱਖਾਂ ਨੂੰ ਇਹ ਰਾਜਨੀਤੀ ਇਹਨਾਂ ਦੀ ਸਮਝਣੀ ਚਾਹੀਦੀ ਹੈ ਕਿ ਜਿਸ ਪਾਸੇ ਵੱਲ ਨੂੰ ਜਾ ਰਹੇ ਨੇ। ਜੀ ਬਿਲਕੁਲ ਸਿੰਧੂ ਸਾਹਿਬ, ਸਤਪਾਲ ਸਿੱਧੂ ਜੀ, ਤੁਸੀਂ ਇਸ ਸਾਰੇ ਚ ਕੀ ਕਹਿਣਾ ਚਾਹੋਗੇ ਕਿ GST ਨਾਲ ਬਹੁਤ ਵੱਡੀ ਗੱਲ ਕਰ ਲਈ? ਮੈਂ ਸਮਝਦਾ ਕਿ GST ਨਾਲ ਬਹੁਤ ਵੱਡੀ ਗੱਲ ਸਗੋਂ ਨਹੀਂ ਹੋਈ। ਇਹਦਾ ਤਾਂ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਜਿਹੜੇ ਸਾਡੇ ਖਾਸ ਕਰਕੇ ਪਿੰਡਾਂ 'ਚ ਵੱਸਦੇ ਜ਼ਿਮੀਂਦਾਰ ਭਰਾ ਕਿਰਤ ਕਮਾਈ ਕਰਦੇ ਨੇ, ਉਹਨਾਂ ਤੋਂ ਲੰਗਰ ਵਾਸਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਕਿ ਰਸਤ ਇਕੱਠੀ ਕੀਤੀ ਜਾਂਦੀ ਸੀ। ਉਹ ਆਪਦੇ ਦਸਵਾਂ ਦਸਵੰਧ, ਜਿਹਨੂੰ ਗੁਰੂ ਸਾਹਿਬ ਨੇ ਹੁਕਮ ਦੇ ਕੇ ਕਿਹਾ ਵੀ ਹਰ ਸਿੱਖ ਨੇ ਆਪਣੇ ਕਮਾਈ 'ਚੋਂ ਦਸਵਾਂ ਦਸਵੰਧ ਕੱਢਣਾ, ਉਹ ਜਿਹੜਾ ਦਸਵੰਧ ਸੀ ਉਹ ਹਰ ਇੱਕ ਬੰਦਾ ਆਪਣੀ ਕਮਾਈ 'ਚੋਂ ਕੱਢਦਾ ਸੀ। ਔਰ ਇਹ ਦੇਖਿਆ ਜਾਵੇ ਤਾਂ ਹੁਣੇ ਪਿੱਛੇ ਜਿਹੜੇ ਆਪਣੇ ਕਣਕ ਦੀ ਫਸਲ ਵੱਢੀ ਗਈ ਹੈ ਉਹਦੇ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਪਿੰਡਾਂ 'ਚੋਂ ਟਰੱਕਾਂ ਦੇ ਟਰੱਕ ਭਰ ਕੇ ਕਣਕ ਦੇ ਜਾਂ ਹੋਰ ਚੀਜ਼ ਸਮਾਨ ਦੇ ਜੋ ਵੀ ਹੁੰਦਾ ਉਹ ਦਾਨ ਕੀਤਾ ਜਾਂਦਾ। ਉਹ ਸਾਡੇ ਗੁਰੂ ਕੇ ਲੰਗਰ ਵਾਸਤੇ ਹੁੰਦਾ, ਔਰ ਜਦੋਂ ਸਾਡੇ ਵਾਸਤੇ ਗੁਰੂ ਕੇ ਲੰਗਰ ਵਾਸਤੇ ਸਿੱਖ ਕੌਮ ਆਪਣੇ ਆਪ ਦੇਣ ਨੂੰ ਤਿਆਰ ਹੈ ਤਾਂ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਇਹ ਅਸੀਂ ਸਾਡੀ ਮੰਗ ਕਿਵੇਂ ਜਾਇਜ਼ ਹੈ ਕਿ ਅਸੀਂ ਕਿਸੇ ਮੁਰੇ ਜੇ ਅਸੀਂ ਬਾਦਸ਼ਾਹ ਅਕਬਰ, ਜਿਵੇਂ ਤੁਸੀਂ ਦੱਸਿਆ ਕਿ ਬਾਦਸ਼ਾਹ ਅਕਬਰ ਨੂੰ ਅਸੀਂ ਸਾਡੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਹੈ, ਜੇ ਮੇਰੇ ਸਮਝ 'ਚ ਨਹੀਂ ਲੱਗੀ ਕਿ ਅਸੀਂ ਇਹਨੂੰ ਕੋਈ ਖੁਸ਼ੀ ਮਨਾਈਏ ਇਹਦੀ। ਹਾਂ ਕਿ ਉਹ ਖਾਸ ਕਰਕੇ ਜੇ ਇਕੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਉਹਨਾਂ ਦੇ ਕਿਸੇ ਗੱਲ ਨੂੰ ਫਾਇਦਾ ਪਹੁੰਚਦਾ ਹੋਵੇ ਤਾਂ ਵੀ ਠੀਕ ਸੀ, ਇਹ ਤਾਂ ਕੋਈ ਫਰਕ ਹੀ ਨਹੀਂ ਪਿਆ। ਇਹ ਤਾਂ ਸਾਰੇ ਦਾ ਸਾਰਾ ਜਿਹੜਾ ਹੈ ਇੱਕ ਪੂਰੇ ਸਮੁੱਚੇ ਜਿਹੜੇ ਲੰਗਰ ਨੇ ਜਿੰਨਾ ਵੀ, ਉਹਦੇ ਨਾਲ ਇੱਕ ਗੱਲ ਹੋਰ ਜਿਹੜੀ ਵਾਲੇ ਸਾਹਿਬ ਮੈਨੂੰ ਲੱਗਦਾ ਵਿੱਚ ਆ ਗਈ ਹੈ ਕਿ ਇੱਕ ਸੈਂਟਰ ਦੀ ਸਿਆਸਤ ਜਿਹੜੀ ਹੈ, ਮੈਨੂੰ ਇਹ ਲੱਗਦਾ ਵੀ ਉਹ ਜਿਹੜੇ ਪਿਛਲੇ ਪਿਛੋਕੜ ਦੇ ਵਿੱਚ ਕੋਈ ਕੁਛ ਬੈਠੇ ਨੇ ਅਨਸਰ, ਉਹ ਇਹਦੇ ਰਾਹੀਂ ਵਰ ਜਾਣਗੇ ਗੁਰਦੁਆਰਿਆਂ 'ਚ। ਸਿੱਧੂ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਤੇ ਦਰਸ਼ਨ ਜੀ ਮੈਂ ਤੁਹਾਡੇ ਕੋਲ ਆਉਣਾ ਹੈ, ਲੇਕਿਨ ਆਪਾਂ ਪਹਿਲਾਂ ਇੱਕ ਹੋਰ ਦਰਸ਼ਕ ਹੈ ਜਿਹੜਾ ਸਾਡੇ ਨਾਲ ਜੁੜਿਆ ਹੈ ਉਹਨਾਂ ਦੀ ਗੱਲ ਸੁਣ ਲਈਏ। ਹੈਲੋ, ਹੈਲੋ, ਹਾਂਜੀ ਹਾਂਜੀ, ਦੱਸੋ ਜੀ ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ ਸਤਿ ਸ਼੍ਰੀ ਅਕਾਲ। ਅਸੀਂ ਜੀ ਪਿੰਡ ਸਖੀਆਂ ਤੋਂ ਮੁਖਵਿੰਦਰ ਸਿੰਘ ਬੋਲਦਾ, ਤਿੰਨਤਾਰ ਜ਼ਿਲ੍ਹੇ ਤੋਂ ਜੀ। ਹਾਂਜੀ ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਬੇਨਤੀ ਇਹ ਹੈ ਵੀ GST ਤਾਂ ਚੱਲਣ ਡਿਆ ਸਵਾਲ ਜੀ, ਤੇ ਅਸੀਂ TV ਤੇ ਬੈਠੇ ਹਾਂ, ਸੁਖਦੇਵ ਸਿੰਘ ਭਿੰਡਰ ਵਾਲੇ ਸੰਤਾਂ ਤੋਂ ਬਾਅਦ ਜਿਨ੍ਹਾਂ ਨੇ ਕਮਾਂਡ ਸੰਭਾਲੀ ਸੀ ਜੀ ਦਰਬਾਰ ਸਾਹਿਬ, ਉਹਨਾਂ ਦੇ ਪਿੰਡ ਤੋਂ ਬੋਲ ਰਿਹਾ ਮੁਖਵਿੰਦਰ ਸਿੰਘ ਜੀ। ਮੁਖਵਿੰਦਰ, ਠੀਕ ਆ ਜੀ, ਜਿਹੜੀ ਇਹ ਆਪਣੀ GST ਦੀ ਸਿੱਖ ਕੌਮ ਹੈ ਨਾ, ਇਹ ਜੀ ਕਿਸੇ ਦੇ ਗੁਲਾਮ ਨਹੀਂ ਆ, ਤੇ ਆਪਦੀ ਮਰਜ਼ੀ ਆਪ ਕਰਦੀ ਹੈ। ਜਿਹੜੀ ਰਾਜਨੀਤੀ ਦੇ ਵਿੱਚ ਕੋਈ ਵੀ ਸਰਕਾਰ ਨਹੀਂ ਰਹਿਣੀ ਚਾਹੀਦੀ, ਜਿਹੜੀ ਸਰਕਾਰ ਰਾਜਨੀਤੀ ਸਿੱਖਾਂ ਦੇ ਕਰਦੀ ਆ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਕੌਮ ਨੇ ਹਜ਼ਰ ਕੀਤਾ ਜੀ। ਬਿਲਕੁਲ ਤੁਸੀਂ ਬਿਲਕੁਲ ਜੀ, ਤੁਹਾਡੀ ਗੱਲ ਆ ਗਈ ਸਾਡੇ ਕੋਲ ਦਰਸ਼ਨ ਜੀ, ਜਿਵੇਂ ਸਾਡੇ ਦਰਸ਼ਕ ਹੋਰੀ ਕਹਿ ਰਹੇ ਨੇ ਕਿ ਇਹ ਰਾਜਨੀਤੀ ਹੈ, ਕੀ ਇਹ ਸੱਚਮੁੱਚ ਰਾਜਨੀਤੀ ਹੈ? ਇਹ ਰਾਜਨੀਤੀ ਹੈ ਕਹੀ ਜਾ ਸਕਦੀ ਹੈ। ਜੇਕਰ ਆਪਾਂ ਪਿਛਲੇ ਸਮੇਂ ਦੇਖਿਆ ਜਾਵੇ ਤਾਂ ਉਹਦੇ ਵਿੱਚ ਜਿਹੜੀ ਕੌਮੀ ਜਮਹੂਰੀ ਗਠਜੋੜ ਦੇ ਭਾਈਵਾਲ ਪਾਰਟੀਆਂ ਨੇ ਉਹ ਇੱਕ ਇੱਕ ਕਰਕੇ ਲਗਾਤਾਰ ਭਾਜਪਾ ਦੇ ਨਾਲ ਅਲੱਗ ਹੋ ਰਹੀ ਹੈ, ਅਤੇ ਅਕਾਲੀ ਦਲ ਦਾ ਇੱਕ ਇਹ ਇਸ਼ੂ ਸੀਗਾ, ਇੱਕ ਹਿੱਸਾ ਕਹਿ ਸਕਦੇ ਹਾਂ, ਉਹ ਲਗਾਤਾਰ ਅਕਾਲੀ ਦਲ 2 ਸਾਲਾਂ ਤੋਂ ਇਸ ਗੱਲ ਦੀ ਮੰਗ ਕਰਦਾ ਆ ਰਿਹਾ ਸੀਗਾ ਅਤੇ ਵੀ GST ਹਟਾਇਆ ਜਾਵੇ। ਅਤੇ ਮੈਨੂੰ ਇਹ ਵੀ ਲੱਗਦਾ ਕਿ ਇਹ ਫੈਸਲਾ ਤੁਰੰਤ ਇਸ ਗੱਲ ਕਰਕੇ ਵੀ ਲਿਆ ਗਿਆ ਹੈ ਕਿ ਜੇ ਅਕਾਲੀ ਦਲ ਵੀ ਨਾ ਕੌਮੀ ਜਮਹੂਰੀ ਗਠਜੋੜ ਤੋਂ ਪਾਸੇ ਹੋ ਜਾਵੇ, ਅਤੇ ਇਸ ਗੱਲ ਕਰਕੇ ਇਹ ਮਤਲਬ ਲਿਆ ਗਿਆ ਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਜਿਵੇਂ ਤੁਸੀਂ ਦੱਸਿਆ ਵੀ ਕੈਪਟਨ ਸਰਕਾਰ ਨੇ ਵੀ GST ਆਪਣੇ ਵੱਲੋਂ ਹਟਾ ਦਿੱਤਾ ਗਿਆ ਸੀਗਾ, ਤੇ ਇਸ ਦਾ ਸਿਹਰਾ ਇਸ ਗੱਲ ਕਰਕੇ ਅਕਾਲੀ ਦਲ ਲੈ ਰਿਹਾ ਵੀ ਅਸੀਂ ਵੀ GST ਆਪਣੇ ਹਿੱਸੇ ਨਾਲ। ਬਿਲਕੁਲ ਸਿੱਧੂ ਸਾਹਿਬ ਤੁਸੀਂ ਕੀ ਕਹੋਗੇ? ਹਾਂਜੀ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਲੰਗਰ ਹੈ
ਸਾਰੇ ਧਰਮਾਂ ਦਾ ਸਤਿਕਾਰ ਮੁਬਾਰਕ ਹੈ, ਪਰੰਤੂ ਜਿਹੜਾ ਲੰਗਰ ਹੈ ਸਿੱਖਾਂ ਦਾ ਇੱਕ ਪੇਟੈਂਟ ਹੈ, ਇਹਨੂੰ ਲੰਗਰ ਦੀ ਜਿਹੜੀ ਮਰਿਆਦਾ ਹੈ, ਜਿਹੜਾ ਲੰਗਰ ਦਾ ਜਿਹੜਾ ਪੇਟੈਂਟ ਕਿਸਮ ਦੀ ਜੇ ਆਪਾਂ ਗੱਲ ਕਰੀਏ, ਇਹ ਮੇਨਟੇਨ ਰਹਿਣਾ ਚਾਹੀਦਾ। ਪਰੰਤੂ ਜਿਹੜੀ ਹੁਣ ਇਹਨਾਂ ਨੇ ਰਾਹਤ ਦਿੱਤੀ ਹੈ ਕਿ ਇੱਕ ਮਰਸੀ ਦੇ ਤੌਰ ਤੇ ਵੀ ਸਿੱਖਾਂ ਨੂੰ ਇੱਕ ਤਰਸ ਦੇ ਪਾਤਰ ਬਣਾ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ, ਜਾਂ ਅਸੀਂ ਸਾਰਿਆਂ ਨੂੰ ਇੱਦਾਂ ਦਾ ਕਰਾਂਗੇ, ਮੈਂ ਕਹਿੰਦਾ ਵੀ ਕੇਂਦਰ ਸਰਕਾਰ ਭਾਵੇਂ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਜੋ ਮਰਜ਼ੀ ਰਾਹਤ ਦੇਵੇ, ਪਰੰਤੂ ਸਿੱਖਾਂ ਨੂੰ ਇੱਕ ਤਰਸ ਦੇ ਪਾਤਰ ਬਣਾ ਕੇ ਕੋਈ ਚੀਜ਼ ਦੇਣੀ, ਸਿੱਖ ਸੰਗਤ ਕਦੇ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦੀ, ਕਿਉਂਕਿ ਜਿਹੜਾ ਲੰਗਰ ਹੈ ਸਿੱਖ ਆਪਣੀ ਕਿਰਤ ਚ ਕਮਾਉਂਦੇ ਨੇ। ਪਰ ਜੇ ਨਹੀਂ ਪ੍ਰਵਾਨ ਕਰਦੀ, ਸਾਡੀ ਤੇ ਜਿਹੜੀ ਨੁਮਾਇੰਦਾ ਕਲਾਸ ਹੈ ਉਹ ਬੜੇ ਇਹ ਕਹਿ ਰਹੀ ਹੈ, ਬੜੀ ਖੁਸ਼ੀ ਦੀ ਗੱਲ ਹੋ ਗਈ। ਤੇ ਉਹਨਾਂ ਦੀ ਤਾਂ ਸਰ ਰਾਜਨੀਤੀ ਹੈ, ਉਹ ਆਪਣੀ ਪੋਲਿਟਿਕਸ ਕਰਦੇ ਨੇ, ਕੋਈ ਵੱਡੀ ਜਿੱਦਾਂ ਕਹਿੰਦਾ ਵੀ ਖੁਸ਼ੀ ਦੀ ਦੌੜ ਲਹਿਰ ਦੌੜ ਗਈ ਜਾਂ ਸਾਨੂੰ ਇੱਦਾਂ ਦਾ ਕਰ ਦਿੱਤਾ, ਐਡੀ ਵੱਡੀ ਕੀ ਅਚੀਵਮੈਂਟ ਹੋ ਗਈ ਲੰਗਰ ਦਾ, ਆਹ ਹੁਣ 2 ਕਰੋੜ ਜਿਹੜਾ ਕੱਟਿਆ ਗਿਆ 6 ਮਹੀਨੇ ਚ, ਫਿਰ ਕਿਹੜਾ ਲੰਗਰ ਬਣ ਗਿਆ 2 ਕਰੋੜ ਬਲੇ ਸਰ, ਲੰਗਰ ਦਾ ਫਿਰ ਵੀ ਚੱਲਦਾ ਹੈ। ਬਿਲਕੁਲ ਚੱਲੀ ਗੱਲ ਠੀਕ ਹੈ ਸਿੱਧ ਸਾਹਿਬ, ਆਪਾਂ ਇੱਕ ਦਰਸ਼ਕ ਨੂੰ ਹੋਰ ਨਾਲ ਲੈ ਲਈਏ। ਹੈਲੋ, ਹੈਲੋ ਜੀ ਸਰ। ਹਾਂਜੀ ਬੋਲੋ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਸੁਲਤਾਨਪੁਰ ਲੋਧੀ ਤੋਂ ਬੋਲ ਰਿਹਾ ਸਰ, ਹਰਪ੍ਰੀਤ ਸਿੰਘ। ਹਾਂਜੀ ਸਰ, ਹਰਪ੍ਰੀਤ ਸਿੰਘ ਜੀ, ਕੀ ਕਹਿਣਾ ਚਾਹੋਗੇ? ਸਰ ਗੱਲ ਇਹ ਆ ਕਿ ਜਿਹੜੀ ਇਹ ਜੀ ਐਸ ਟੀ ਆਪਣਾ ਇਹ ਟੈਕਸ, ਇਹ ਫਾਈਨੈਂਸ਼ੀਅਲ ਅਸਿਸਟੈਂਟ ਦਿੱਤੀ ਆ ਉਹਨਾਂ ਨੇ, ਸੇਵਾ ਭੋਜ ਇੱਕ ਯੋਜਨਾ ਬਣਾ ਕੇ ਕਲਚਰਲ ਡਿਪਾਰਟਮੈਂਟ ਨੇ, ਬਿਲਕੁਲ ਨਾ ਕਿ ਜੀ ਐਸ ਟੀ, ਜਿਹੜੀ ਜੀ ਐਸ ਟੀ ਫਾਈਨਾਂਸ ਮਿਨਿਸਟਰੀ ਦੇ ਥੱਲੇ ਆਉਂਦੀ ਆ, ਨਾ ਕਿ ਉਹਨਾਂ ਨੇ ਦਿੱਤੀ ਆ। ਬਿਲਕੁਲ ਬਿਲਕੁਲ ਸਹੀ ਗੱਲ ਕਰ ਰਹੇ ਹੋ, ਅਸਿਸਟੈਂਟ ਦਿੱਤੀ ਹੈ, ਸਹਾਇਤਾ ਦਿੱਤੀ ਹੈ, ਅਸਿਸਟੈਂਟ ਦਿੱਤੀ ਆ, ਸਾਨੂੰ ਇੱਕ ਦਾਨ ਦਿੱਤਾ ਵਾ, ਦਾਨ ਦਿੱਤਾ, ਜਿਹੜੀ ਹੁਣ ਲੰਗਰ ਜਿਹੜਾ ਹੈ ਦਾਨ ਤੇ ਚੱਲੂਗਾ ਸਰਕਾਰ ਦੇ ਦਾਨ ਤੇ। ਇਹ ਸਾਡੇ ਲਈ, ਸਿੱਖਾਂ ਦੇ ਲਈ ਇੱਕ ਬਹੁਤ ਜਿਹੜੀ ਹੈ ਨਾ ਸ਼ਰਮਿੰਦਗੀ, ਔਰ ਸਾਡੇ ਲਈ ਐਡੀ ਸਿੱਖ ਧਰਮ ਲਈ ਇਹ ਨਿਗਾਰ ਵਾਲੀ ਇਹ ਇੱਕ ਪ੍ਰਥਾ ਜਿਹੜੀ ਆ, ਇਹ ਸਾਡੇ ਉੱਤੇ ਇੱਕ ਕਲਾ ਜਿਹੜੀ ਸਾਡੀ ਗੁਰੂ ਸਾਹਿਬ ਦੇ ਟਾਈਮ ਤੇ ਜਿਹੜੀਆਂ ਗੱਲਾਂ ਨਹੀਂ ਹੋ ਸਕੀਆਂ, ਉਹ ਲੋਕ ਜਿਹੜੀਆਂ ਉਹ ਗੱਲਾਂ ਜਿਹੜੀਆਂ ਟੈਕਸ ਅਜੰਪਸ਼ਨ ਜਾਂ ਜਿੱਦਾਂ ਉਹਨਾਂ ਤ੍ਰਿਪੁਰ ਦਾ ਮੰਦਰ ਦਾ ਕੀਤਾ ਵੀ ਜੀ ਐਸ ਟੀ ਬਿਲਕੁਲ ਮਾਫ਼। ਜੀ ਜੀ ਬਿਲਕੁਲ, ਇਹ ਕੋਈ ਮਾਫ਼ ਨਹੀਂ ਕੀਤੀ, ਇਹ ਉਹਨਾਂ ਨੇ ਉਸ ਤੋਂ ਬਾਅਦ ਸਹਾਇਤਾ ਦੇਣੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਹਰਪ੍ਰੀਤ ਜੀ, ਤੁਹਾਡਾ ਸਵਾਲ ਆ ਗਿਆ, ਅਸੀਂ ਆਪਣੇ ਪੈਨਲ ਨਾਲ ਗੱਲ ਕਰਦੇ ਹਾਂ ਤੁਹਾਡੀ, ਜਿਸ ਤਰ੍ਹਾਂ ਸਾਡੇ ਹਰਪ੍ਰੀਤ ਸਿੰਘ ਹੋਰੀ ਕਹਿ ਰਹੇ ਨੇ, ਸਤਪਾਲ ਸਿੱਧੂ ਜੀ, ਗੱਲ ਤਾਂ ਇਹੀ ਹੈ ਕਿ ਅਸਿਸਟੈਂਸ ਦਿੱਤੀ ਹੈ, ਸਹਾਇਤਾ ਦਿੱਤੀ ਗਈ ਹੈ, ਕੀ ਸਿੱਖਾਂ ਨੂੰ ਇਹ ਐਡੀ ਮਨਜ਼ੂਰ ਹੋਣ ਵਾਲੀ ਗੱਲ ਹੋ ਗਈ ਹੈ? ਵਾਲੇ ਸਾਹਿਬ, ਗੱਲ ਇਹ ਹੈ ਕਿ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਪੂਰੇ ਮੁਲਕ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਵਾਸਤੇ ਬੜੀ ਛੋਟੀ ਜਿਹੀ ਅਮਾਊਂਟ, 300 ਕੁਛ ਕਰੋੜ 320 ਕਰੋੜ ਦੀ ਅਮਾਊਂਟ ਹੈ, ਜੇ ਉਹਨੂੰ ਸਾਰੇ ਧਾਰਮਿਕ ਸਥਾਨਾਂ ਤੇ ਵੰਡੀਏ ਤਾਂ ਮੇਰੇ ਖਿਆਲ ਚ ਬਹੁਤ ਛੋਟੀ ਜਿਹੀ ਰਕਮ ਬਣੂਗੀ। ਅਸੀਂ ਦੂਸਰੇ ਪਾਸੇ ਜੇਕਰ ਅਸੀਂ ਆਪਦੇ ਪਿਛੋਕੜ ਚ ਧਿਆਨ ਮਾਰਦੇ ਜਾਂ ਸਾਡੀ ਇਸ ਸਿਆਸਤ ਤੋਂ ਬਾਹਰ ਆਉਂਦੇ ਤਾਂ ਅਸੀਂ ਇਹ ਦੇਖੋ ਕਿ ਅਸੀਂ ਦਰਬਾਰ ਸਾਹਿਬ ਦਾ ਸੋਨਾ ਗੋਲਡ ਅਸੀਂ ਬਦਲਤਾ, ਸਾਡੇ ਕੋਲ ਏਡੇ ਏਡੇ ਦਾਨੀ ਸਿੱਖ ਬੈਠੇ ਨੇ ਜਿਹੜੇ ਕਿ 2 ਕਰੋੜ ਕੀ ਹਰ ਵਾਰੀ ਜਿਹੜੀ ਜਿੰਨੀ ਵੀ ਜੀ ਐਸ ਟੀ ਐਸ ਜੀ ਪੀ ਸੀ ਦਿੰਦੀ ਸੀ ਉਹ ਆਪਣੇ ਕੋਲੋਂ ਦੇ ਸਕਦੇ ਸੀ। ਸਿੱਧੂ ਸਾਹਿਬ, ਜਿਵੇਂ ਖਾਲਸਾ ਏਡ ਸਾਰੀ ਦੁਨੀਆਂ ਚ ਦੇ ਰਹੀ ਹੈ, ਉਹ ਕਿਹੜਾ ਕਿਉਂ ਕਰਦੀ ਆ? ਇੱਕ ਫੋਨ ਕਾਲ ਹੋਰ ਲੈ ਲਈਏ। ਹੈਲੋ, ਹੈਲੋ, ਹਾਂਜੀ ਹਾਂਜੀ, ਕੌਣ ਸਾਹਿਬ? ਹਾਂਜੀ, ਕੁਲਵੰਤ ਸਿੰਘ ਬੋਲ ਰਹੇ ਸੰਗਰੂਰ ਤੋਂ ਜੀ। ਹਾਂਜੀ ਕੁਲਵੰਤ ਸਿੰਘ ਜੀ, ਕੀ ਕਹੋਗੇ? ਜੀ ਹਰਸਿਮਰਤ ਕੌਰ ਬਾਲ ਨੇ ਨਾ ਸਿਆਸਤ ਤੋਂ ਪ੍ਰੇਰਿਤ ਹੈ ਇਹ ਗੱਲ ਜੀ, ਜਦੋਂ ਜਿੱਤ ਤੇ ਲਾਗੂ ਕਰਿਆ ਗੁਰਮੀਤ ਸਿੱਧੂ ਜੀ, ਇਹ ਜਿਹੜੀ ਇਹ ਸਿਆਸਤ ਇਹਦਾ ਇਹਦਾ ਇਉਂ ਨੀ ਲੱਗਦਾ ਕਿ ਐਸ ਜੀ ਪੀ ਸੀ ਨੂੰ ਇਸ ਕਿਸਮ ਦੀ ਸਿਆਸਤ ਨਾਲ ਸਿੱਖ ਜਿਹੜੇ ਪੜ੍ਹੇ ਲਿਖੇ ਸਿੱਖ ਨੇ ਜਿਹਨਾਂ ਨੂੰ ਗੱਲ ਸਮਝ ਆ ਗਈ ਤੇ ਉਹ ਤਾਂ ਜ਼ਰੂਰ ਇਹ ਸਿਆਸਤ ਦੇ ਵਿੱਚੋਂ ਕੋਈ ਜ਼ਿਆਦਾ ਫਾਇਦਾ ਨਹੀਂ ਉਠਾ ਸਕਣਗੇ ਉਹ? ਦੇਖੋ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਚਰਚਾ ਦਾ ਮੇਨ ਮੁੱਦਾ ਹੀ ਸਾਡਾ ਇਹ ਹੈ ਕਿ ਟੈਕਸ ਤੋਂ ਤੁਸੀਂ ਐਗਜ਼ੈਂਪਸ਼ਨ ਲੈ ਕੇ ਲੰਗਰ ਦੀ ਗੱਲ ਕਰਦੇ ਹੋ। ਵਿਦੇਸ਼ਾਂ ਦੇ ਵਿੱਚ ਜਿਹੜਾ ਲੰਗਰ ਚੱਲ ਰਿਹਾ, ਸਾਡੇ ਵਿਦੇਸ਼ ਕਿਸੇ ਵੀ ਮੁਲਕ 'ਚ ਤੁਸੀਂ ਚੱਲ ਜਾਓ, ਸਿੱਖ ਸੰਗਤ ਉੱਥੇ ਲੰਗਰ ਚਲਾਉਂਦੀ ਹੈ, ਪਰੰਤੂ ਉਹਨਾਂ ਦੇ ਟੈਕਸ ਵੀ ਸਿੱਖ ਸੰਗਤ ਉਸੇ ਤਰੀਕੇ ਨਾਲ ਅਦਾ ਕਰਦੀ ਹੈ। ਇਨਕੇਸ ਜੇ ਟੈਕਸ ਲਗਾ ਵੀ ਦਿੱਤਾ ਗਿਆ ਸੀਗਾ, ਮਤਲਬ ਟੈਕਸ ਤੋਂ ਐਗਜ਼ੈਂਪਸ਼ਨ ਲੈਣੀ ਜਾਂ ਕਿਸੇ ਭੀਖ ਦੀ ਤਰ੍ਹਾਂ ਕੋਈ ਚੀਜ਼ ਲੈਣੀ, ਬਾਅਦ ਦੇ ਵਿੱਚ ਉਹ ਖੈਰਤ ਦੇ ਤੌਰ 'ਤੇ ਤੁਹਾਨੂੰ ਦੇਣਗੇ, ਜਾਂ ਫਿਰ ਕਿਸੇ ਮੌਕੇ ਸਰਕਾਰ ਇਹ ਵੀ ਕਲੇਮ ਕਰ ਸਕਦੇ ਵੀ ਇਹਨਾਂ ਦਾ ਲੰਗਰ ਖਤਮ ਹੋ ਰਿਹਾ ਸੀਗਾ ਜਾਂ ਲੰਗਰ ਚ ਸਿੱਖ ਸੰਗਤ ਨੂੰ ਘਾਟਾ ਪੈ ਰਿਹਾ ਸੀ, ਅਸੀਂ ਇਹਨਾਂ ਦਾ ਲੰਗਰ ਚਲਾਇਆ। ਜੀ, ਇਹ ਸੋਚਣਾ ਪੈਂਦਾ ਜੇ ਗੁਰੂ ਰਾਮਦਾਸ ਅਕਬਰ ਨੂੰ ਜਵਾਬ ਦੇ ਸਕਦੇ ਨੇ। ਇੱਕ ਫੋਰ ਫੋਨ ਕਾਲ ਸਾਡੇ ਨਾਲ ਹੈ। ਹੈਲੋ, ਹਾਂਜੀ ਹਾਂਜੀ ਹਾਂਜੀ, ਕੌਣ? ਸਤਿ ਸ੍ਰੀ ਅਕਾਲ ਜੀ, ਟਾਪਾ ਮੰਡੀ ਜੀ ਬਰਨਾਲਾ। ਹਾਂਜੀ ਹਾਂਜੀ, ਧੰਨਵਾਦ ਸਾਹਿਬ। ਹਾਂਜੀ ਹਾਂਜੀ, ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
जिस तरह एक मीडिया च प्रचार है कि असी ये धरना जिहड़ा है ये जिहड़ा पाफ होया है इस नूं असी वड्डी गल समझदे हां सलाह कर रहे हैं क्योंकि सारे सलाह कर रहे ने साडे नाल एक होर दर्शक जुड़ के दर्शन दर्शक बाद गल करते हैं जेडे दर्शक हैलो जी मैं अमरजीत सिंह बोल रहा हूं जे एंड के तू सर हां जी हां जी अमरजीत जी की कहोगे मैं वालिया साहब मैं सुबह भी तुहाडा खबरनामा सुनदा ए शाम नु जेडी इस को डिबेट चल रही है जी इस डिबेट दे विच गुरु नानक पातशाह दी परंपरा दे खिलाफ है जेडी जीएसटी ए रिफंड मंगना चाहंदे ने जी जी ए एक किस्म दी ए असी भिख मंग रहे हां कि एक किस्म दी गवर्नमेंट दे कोलों जी बिल्कुल ਜਿਤਨਾ ਜਿਤਨੀ ਇਹਨਾਂ ਨੇ ਅਸਿਸਟੈਂਸ ਜਿਹੜੀ ਆ ਰਿਫੰਡ ਦੇਣਾ ਇਹਨਾਂ ਨੇ ਜੀਐਸਟੀ ਦਾ ਇਹਨਾਂ ਦਾ ਸਾਡਾ ਇੱਥੇ ਹਿੰਦੁਸਤਾਨ ਦੇ ਵਿੱਚ ਤੇ ਫਾਰਮ ਦੇ ਵਿੱਚ ਸਿੱਖ ਜਿਹੜਾ ਬੈਠਾ ਹੋਇਆ ਉਹ ਇੱਕ ਸਿੱਖ ਜਿਹੜਾ ਉਹ ਇਹਨਾਂ ਰਿਫੰਡ ਜਿਹੜਾ ਉਹ ਦਾਨ ਕਰਦਾ ਬਿਲਕੁਲ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੀ ਪਰੰਪਰਾ ਦੇ ਖਿਲਾਫ ਅਸੀਂ ਇਹ ਕੰਮ ਕਰ ਰਹੇ ਹਾਂ ਸਰਕਾਰੀ ਸਿਆਸਤ ਚੱਲ ਰਹੀ ਹੈ ਸ਼ੁਕਰੀਆ ਜੀ ਮੈਂ ਅਸੀਂ ਜਿਹੜੇ ਇੱਥੇ ਦੇ ਰਹਿਣ ਸ਼ੁਕਰੀਆ ਜੀ ਦਰਸ਼ਨ ਜੀ ਇਹ ਜੋ ਦਰਸ਼ਕ ਨੇ ਕਿਹਾ ਗੱਲ ਆਪਾਂ ਪਹਿਲਾਂ ਉਹੀ ਕਰ ਰਹੇ ਸੀ ਇਹ ਕੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਇਹਨਾਂ 'ਤੇ ਜਿਹੜੀ ਜਿਵੇਂ ਕਹਿ ਸਕਦਾ ਯੱਕੇ ਦੀ ਚਾਲ ਚੱਲੀ ਸੀ ਹੁਕਮ ਦੇ ਯੱਕੇ ਦੀ ਉਹਦਾ ਜਵਾਬ ਹੈ ਕਿ ਕੋਈ ਵੈਸੇ ਹੀ ਇਹਨਾਂ ਨੂੰ ਲੱਗਦਾ ਕਿ ਇਹ ਰੌਲਾ ਪਾ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਲਈ ਕੁਛ ਕਰ ਸਕਾਂਗੇ ਇਹ ਵੀ ਦਬਾਅ ਹੈ ਹੀ ਹੈ ਪਹਿਲੀ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਹਿੱਸੇ ਦਾ GST ਮਾਫ਼ ਕੀਤਾ ਤਾਂ ਇਹਦੇ ਉੱਤੇ ਇੱਕ ਨੈਤਿਕ ਦਬਾਅ ਅਕਾਲੀ ਦਲ ਦੇ ਉੱਤੇ ਬਣ ਗਿਆ ਸੀਗਾ ਕਿ ਜੇਕਰ ਸੂਬਾ ਸਰਕਾਰ ਇਹ ਆਪਣਾ ਟੈਕਸ ਖਤਮ ਕਰ ਸਕਦੀ ਹੈ ਤਾਂ ਅਕਾਲੀ ਦਲ ਜੋ ਕਿ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਹੈ ਉੱਥੇ ਕੇਂਦਰ ਦੇ ਵਿੱਚ ਉਸਦੀ ਸਰਕਾਰ ਹੈ ਤਾਂ ਇਹ ਆਪਣਾ ਦਬਾਅ ਪਾ ਕੇ ਕਿਉਂ ਨਹੀਂ ਕਰ ਸਕਦਾ ਹੈਗਾ ਇਸ ਗੱਲ ਕਰਕੇ ਜਿਸ ਤਰੀਕੇ ਨਾਲ ਇਹਨਾਂ ਦੀ ਕਿਰਕਰੀ ਹੋ ਰਹੀ ਸੀਗੀ ਅਤੇ ਉਸ ਦੀ ਭਰਪਾਈ ਕਰਨ ਵਾਸਤੇ ਇਹ ਲਗਾਤਾਰ ਦਬਾਅ ਪਾ ਰਹੇ ਸੀਗੇ ਦੂਜੇ ਪਾਸੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਕੌਮੀ ਜਮਹੂਰੀ ਗਠਜੋੜ ਭਾਜਪਾ ਵੀ ਜਿਹੜੀ ਹੈਗੀ ਹੈ ਦਬਾਅ ਦੇ ਵਿੱਚ ਸੀ ਹੁਣ ਵੀ ਹੈ ਨਿਤੀਸ਼ ਕੁਮਾਰ ਵੀ ਉਹਨਾਂ ਨੂੰ ਹੁਣ ਤਾਂ GST ਦੇ ਖਿਲਾਫ ਹੋ ਗਿਆ ਇੱਕ ਦਰਸ਼ਕ ਹੋਰ ਜੁੜੇ ਸਾਡੇ ਨਾਲ ਹੈਲੋ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਸਿੱਖਾ ਬੋਲ ਰਿਹਾ ਜੀ ਲੁਧਿਆਣੇ ਤੋਂ ਹਾਂਜੀ ਸਿੱਖਾ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਜੀ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਗਾਇਆ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਲੰਗਰ ਚੱਲ ਰਹੇ ਹੁਣ ਖਾਲਸਾ ਏਡ ਵਾਲੇ ਨੇ ਵਰਲਡ ਵਾਈਡ ਜਿਹੜਾ ਲੰਗਰ ਚਲਾਉਂਦੇ ਜੀ ਜੀ ਬਿਲਕੁਲ ਸਾਨੂੰ ਮੈਂ ਕਿਹਾ ਇੱਕ ਬੜਾ ਮਾਣ ਹੋਣਾ ਚਾਹੀਦਾ ਕਿ ਸਿੱਖਾਂ ਦੀ ਕੋਲੋਂ ਇੱਕ GST ਲੈ ਕੇ ਇੰਡੀਆ ਗੌਰਮੈਂਟ ਆਪਣੀ ਗੌਰਮੈਂਟ ਚਲਾ ਰਹੀ ਮੈਂ ਕਹਿੰਦਾ ਸਾਨੂੰ ਮਾਣ ਹੋਣਾ ਚਾਹੀਦਾ ਸਾਨੂੰ GST ਕਿਉਂ ਮਾਫ਼ ਕਰਾਉਣੀ ਚਾਹੀਦੀ ਜੀ ਬਿਲਕੁਲ ਠੀਕ ਹੈ ਸ਼ੁਕਰੀਆ ਜੀ ਤੁਹਾਡੀ ਗੱਲ ਅਸੀਂ ਸਿੱਧੂ ਸਾਹਿਬ ਇਹ ਜੋ ਅਸੀਂ ਦਰਸ਼ਕ ਜਿੰਨੇ ਸਾਡੇ ਨਾਲ ਜੁੜ ਰਹੇ ਨੇ ਉਹਦੇ 'ਚ ਜ਼ਿਆਦਾ ਗਿਣਤੀ 'ਚ ਉਹਨਾਂ ਦਾ ਇਹ ਖਿਆਲ ਹੈ ਕਿ ਇਹ ਇੱਕ ਪਰੰਪਰਾ ਜਿਹੜੀ ਸਿੱਖੀ ਪਰੰਪਰਾ ਤੋਂ ਹਟ ਕੇ ਗੱਲ ਹੋ ਰਹੀ ਹੈ ਤੁਸੀਂ ਕਿਉਂਕਿ ਸਿੱਖ ਚਿੰਤਕ ਹੋ ਤੁਸੀਂ ਪੜ੍ਹਾਏ ਰਹੇ ਹੋ ਲਿਖੇ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ 'ਚ ਦੇਖੋ ਮੈਂ ਤਾਂ ਪਹਿਲਾਂ ਵੀ ਗੱਲ ਸ਼ੁਰੂ 'ਚ ਕੀਤੀ ਸੀ ਕਿ ਸਿੱਖ ਪਰੰਪਰਾ ਦੇ ਉਲਟ ਹੈ ਜੀ ਜਾਂ ਜੋ ਕੇਂਦਰ ਸਰਕਾਰ ਨੇ ਜੋ ਕੀਤਾ ਸਾਰੀ ਮੁਲਕ ਦਾ ਇੱਕ ਕੇਂਦਰੀਕਰਨ ਇੱਕ ਰਾਸ਼ਟਰੀਕਰਨ ਦੀ ਨੀਤੀ ਦੇ ਤਹਿਤ ਸਾਡੀ ਜਿਹੜੀ ਸਿੱਖ ਪਹਿਚਾਣ ਦੀ ਲੰਗਰ ਦੀ ਜਿਹੜੀ ਹੋਂਦ ਹੈ ਉਹਨੂੰ ਇੱਕ ਨੈਸ਼ਨਲ ਜਿਹੜੀ ਆਈਡੈਂਟੀ ਹੈ ਉਹਦੇ ਵਿੱਚ ਮਰਜ ਕਰਨ ਦੀ ਇਹਦੇ ਪਿੱਛੇ ਬਿਹਾਇੰਡ ਇੱਕ ਪੋਲੀਟੀਕਲ ਏਜੰਡਾ ਜਿਹੜਾ ਕਿ ਕੇਂਦਰ ਦੀ ਸਰਕਾਰ ਦਾ ਅਤੇ ਸਿੱਖ ਆਪਣੀ ਹੋਂਦ ਦੇ ਲਈ ਆਪਣੀ ਪਹਿਚਾਣ ਦੇ ਲਈ ਆਪਣੇ ਗੁਰੂ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਦੇ ਲਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਲੰਗਰ ਨੂੰ ਚੱਲਦਾ ਰੱਖਣਗੇ ਉਹਨਾਂ ਨੂੰ ਕਿਸੇ ਕਿਸਮ ਦੀ ਭੀਖ ਦੀ ਜਾਂ ਕਿਸੇ ਕਿਸਮ ਦੀ ਤਰਸ ਦੇ ਪਾਤਰ ਬਣਾਉਣ ਦੀ ਲੋੜ ਨਹੀਂ ਹੈ ਦੁਨੀਆਂ ਭਰ ਦੇ ਵਿੱਚ ਸਿੱਖ ਲੰਗਰ ਚਲਾ ਰਹੇ ਨੇ ਜਿਸ ਤਰ੍ਹਾਂ ਅਸੀਂ ਜਿੰਨੇ ਦਰਸ਼ਕਾਂ ਨੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਜੋ ਲੰਗਰ ਦੀ ਪ੍ਰਥਾ ਸਾਨੂੰ ਦਿੱਤੀ ਹੈ ਅਸੀਂ ਪੂਰੇ ਮਾਣ ਦੇ ਨਾਲ ਜਿੰਨਾ ਇਹ ਤਰਸ ਕੇਂਦਰ ਸਰਕਾਰ ਨੇ ਦੇਣਾ ਉਹਨਾਂ ਦਾ ਇੱਕ ਸਿੱਖ ਦਾਨ ਦੇ ਸਕਦੇ ਬਿਲਕੁਲ ਦੇ ਸਕਦੇ ਸਿੱਧੂ ਸਾਹਿਬ ਜਿਹੜੀ ਇਹ ਇਸ ਕਿਸਮ ਦੀ ਜਿਹੜੀ ਆ ਚਰਚਾ ਜਿਹੜੀ ਜਿਵੇਂ ਇਹਨਾਂ ਨੇ ਕਿਹਾ ਕਿ ਪਰੰਪਰਾ ਦੇ ਖਿਲਾਫ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਦੁਆਰਾ ਇਹਨਾਂ ਨੂੰ ਕੋਈ ਪੋਲੀਟੀਕਲ ਬੈਨੀਫਿਟ ਹੋਊਗਾ ਜਦੋਂ ਇੰਨੀ ਚਰਚਾ ਹੋਣੀ ਸ਼ੁਰੂ ਹੋ ਗਈ ਪੋਲੀਟੀਕਲ ਬੈਨੀਫਿਟ ਜਿਹੜਾ ਮੇਰੇ ਖਿਆਲ 'ਚ ਲੈਣ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਜਿਵੇਂ ਅੱਜ ਚਰਚਾ ਹੋਈ ਹੈ ਬਾਕੀ ਵੀ ਪੜ੍ਹੇ ਲਿਖੇ ਸਿੱਖ ਨੇ ਜਾਂ ਹੋਰ ਨੇ ਜਾਂ ਸਾਡੇ ਵਰਗੇ ਜਿਹੜੇ ਆਮ ਬੰਦੇ ਸ਼ਹਿਰੀ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਜਿਸ ਕੌਮ ਨੇ ਦਾਨ ਦਿੱਤਾ
जिस कौम ने प्रथा चलाई गरीब गरबे वास्ते, जिस कौम ने कहा भी ये जिथे गुरुद्वारा साहब है उथे हर एक नूं लंगर मिलूगा, वह लंगर कदे सरकारां ने नहीं सी दित्ते कदे। उस लंगर जिहड़े हमेशा शुरू तो लैके अज तक गुरु नानक देव जी तो बाद सारे अरसे विच संगत ने चलाए ने। बिल्कुल, जो संगत नूं जीएसटी उदों भी जजिया लिया जजिया भी लिया जांदा सी, जबरी भी रोकण दी कोशिश कीती गई सी, बहुत कुछ होया। औरंगजेब दे जमाने च जदों सारा कुछ तशद्दद कीते जांदे सीगे, लंगर दी प्रथा उदों भी चलदी रही, साडे लंगर लुट्टे गए कई जगह ते उहनां दिनां च, लेकिन नहीं, सिख कौम दे विच इक जज्बा है, लंगर कोई ਇਹੀ ਚੀਜ਼ ਨਹੀਂ ਹੈ ਜਿਹਨੂੰ ਅਸੀਂ ਕੋਈ ਸੋਚ ਕੇ ਪੈਸੇ ਨਾਲ ਚਲਾਇਆ ਦਾ, ਲੰਗਰ ਇੱਕ ਜਜ਼ਬੇ ਨਾਲ ਚੱਲਦਾ ਹੈ। ਸਿੱਖ ਕੌਮ ਦਾ ਜਜ਼ਬਾ ਐਡਾ ਵੱਡਾ ਹੈ ਕਿ ਸਿੱਖ ਕੌਮ ਲੰਗਰ ਵਾਸਤੇ ਕਿਤੋਂ ਵੀ ਕਿੰਨਾ ਵੀ ਹਰ ਵਕਤ ਜਾਣ ਕਰਨ ਨੂੰ ਤਿਆਰ ਹੈ। ਸਤਪਾਲ ਜੀ, ਮੈਂ ਗੁਰਮੀਤ ਸਿੱਧੂ ਹੋਰਾਂ ਤੋਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ। ਸਿੱਧੂ ਸਾਹਿਬ, ਇਹ ਕਿਤੇ ਇਹ ਤਾਂ ਨਹੀਂ ਕਿ ਲੰਗਰ ਅਤੇ ਭੰਡਾਰਾ ਇਹ ਦੋਨੋਂ ਨੂੰ ਇੱਕ ਕਰਨਾ ਚਾਹੁੰਦੇ ਨੇ? ਬਿਲਕੁਲ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਗੱਲ ਕਰ ਚੁੱਕਿਆ ਕਿ ਜਿਹੜਾ ਲੰਗਰ ਦੀ ਲੰਗਰ ਕਦੇ ਵੀ ਕਿਸੇ ਵੀ ਹਕੂਮਤ ਸਰਕਾਰ ਬਾਦਸ਼ਾਹ ਦੀ ਮਰਸੀ ਤੇ ਨਹੀਂ ਚੱਲਦਾ, ਲੰਗਰ ਸੰਗਤ ਦੇ ਨਾਲ ਚੱਲਦਾ। ਜਿੱਥੋਂ ਤੱਕ ਭੰਡਾਰੇ ਦੀ ਗੱਲ ਹੈ, ਭੰਡਾਰਾ ਪਾਰਟੀਕੁਲਰ ਇੱਕ ਟਾਈਮ ਤੇ ਹੁੰਦਾ, ਇੱਕ ਦਿਨ ਦੇ ਲਈ ਕੀਤਾ, ਉਸ ਤੋਂ ਬਾਅਦ ਸੰਗਤ ਨੇ ਜਿਹੜੀ ਉਹਨਾਂ ਦੀ ਮੰਦਰ ਦੀ ਮਰਿਆਦਾ ਦੇ ਮੁਤਾਬਕ ਗੱਲ। ਇੱਥੇ ਇੱਕ ਕੰਟੀਨਿਊਸ ਜਿਹੜਾ ਵੀ ਕੋਈ ਬੰਦਾ ਗੁਰਦੁਆਰੇ 'ਚ ਆਉਂਦਾ, ਉਹ ਭਾਵੇਂ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਇਲਾਕੇ ਦਾ, ਉਹਨੂੰ ਗੁਰਦੁਆਰੇ ਦੇ ਵਿੱਚ ਇੱਕ ਭੋਜਨ ਮਿਲੇਗਾ, ਰਹਿਣ ਲਈ ਸਥਾਨ ਮਿਲੇਗਾ, ਕੱਪੜਾ ਮਿਲੇਗਾ, ਔਰ ਜਲ ਪਾਣੀ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਜਿਹੜੇ ਸਿੱਖ ਹੈ ਉਹ ਦਿੰਦੇ ਨੇ। ਪਰ ਇਹ ਦਿੰਦੀ ਸਿੱਖ ਸੰਗਤ ਹੈ ਜੀ, ਬਿਲਕੁਲ। ਇੱਕ ਬੰਦਾ ਕਦੇ ਵੀ ਲੰਗਰ ਨੂੰ ਜੇ ਕਹੇਗਾ ਕਿ ਮੈਂ ਇਕੱਲਾ ਲੰਗਰ ਚਲਾ ਦਾਂਗਾ, ਸਿੱਖ ਇਹਨੂੰ ਪ੍ਰਵਾਨ ਨਹੀਂ ਕਰਨਗੇ, ਭਾਵੇਂ ਕਿਸੇ ਦਾ 1 ਰੁਪਿਆ ਹੋਵੇ, ਭਾਵੇਂ ਕਿਸੇ ਦਾ 1 ਲੱਖ ਰੁਪਿਆ ਹੋਵੇ, ਲੰਗਰ ਦੇ ਵਿੱਚ ਜਾ ਕੇ ਮਰਜ ਹੋ ਜਾਂਦਾ। 1 ਲੱਖ ਦੇਣ ਵਾਲਾ ਵੀ ਦਾਨੀ ਹੈ ਉੱਥੇ, 1 ਰੁਪਿਆ ਦੇਣ ਵਾਲਾ ਵੀ ਦਾਨੀ ਹੈ, ਅਤੇ ਹਕੂਮਤ ਦਾ ਜਿਹੜਾ ਲੰਗਰ ਹੈ ਕਦੇ ਵੀ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ। ਸਾਡੇ ਨਾਲ ਇੱਕ ਹੋਰ ਦਰਸ਼ਕ ਜੁੜ ਗਏ ਅਤੇ ਦਰਸ਼ਕ ਨਾਲ ਅਸੀਂ ਬਾਅਦ 'ਚ ਗੱਲ ਕਰਦੇ ਹਾਂ। ਖਬਰਨਾਮਾ ਸੁਣਦਾ, ਇਹ ਸ਼ਾਮ ਨੂੰ ਜਿਹੜੀ ਇਸ ਵਕਤ ਡਿਬੇਟ ਚੱਲ ਰਹੀ ਹੈ, ਇਸ ਡਿਬੇਟ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਪਰੰਪਰਾ ਦੇ ਖਿਲਾਫ ਹੈ ਜਿਹੜੀ GST ਇਹ ਰਿਫੰਡ ਮੰਗਣਾ ਚਾਹੁੰਦੇ ਨੇ। ਇਹ ਕਿਸਮ ਦੀ ਅਸੀਂ ਭਿੱਖ ਮੰਗ ਰਹੇ ਹਾਂ ਕਿ ਇਹ ਕਿਸਮ ਦੀ ਗੌਰਮੈਂਟ ਦੇ ਕੋਲੋਂ ਜੀ, ਬਿਲਕੁਲ, ਜਿਤਨੀ ਇਹਨਾਂ ਨੇ ਅਸਿਸਟੈਂਸ ਜਿਹੜੀ ਹੈ ਰਿਫੰਡ ਦੇਣਾ ਇਹਨਾਂ ਨੇ GST ਦਾ, ਇਹਨਾਂ ਤੇ ਸਾਡਾ ਇੱਥੇ ਹਿੰਦੁਸਤਾਨ ਦੇ ਵਿੱਚ ਤੇ ਫਾਰਮ ਦੇ ਵਿੱਚ ਸਿੱਖ ਜਿਹੜਾ ਬੈਠਾ ਹੋਇਆ ਉਹ ਇੱਕ ਸਿੱਖ ਜਿਹੜਾ ਉਹ ਇਹਨਾਂ ਰਿਫੰਡ ਜਿਹੜਾ ਉਹ ਦਾਨ ਕਰਦਾ। ਬਿਲਕੁਲ, ਗੁਰੂ ਨਾਨਕ ਦੇਵ ਜੀ ਦੀ ਪਰੰਪਰਾ ਦੇ ਖਿਲਾਫ਼ ਅਸੀਂ ਇਹ ਕੰਮ ਕਰ ਰਹੇ ਹਾਂ, ਸਰਕਾਰੀ ਸਿਆਸਤ ਚੱਲ ਰਹੀ ਹੈ। ਸ਼ੁਕਰੀਆ ਜੀ, ਮੈਂ ਅਸੀਂ ਜਿਹੜੇ ਇੱਥੇ ਦੇ ਰਹਿਣ। ਸ਼ੁਕਰੀਆ ਜੀ ਦਰਸ਼ਨ ਜੀ, ਇਹ ਜੋ ਦਰਸ਼ਕ ਨੇ ਕਿਹਾ ਗੱਲ ਆਪਾਂ ਪਹਿਲਾਂ ਉਹੀ ਕਰ ਰਹੇ ਸੀ, ਇਹ ਕੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਇਹਨਾਂ 'ਤੇ ਜਿਹੜੀ ਜਿਵੇਂ ਕਹਿ ਸਕਦਾ ਯੱਕੇ ਦੀ ਚਾਲ ਚੱਲੀ ਸੀ, ਹੁਕਮ ਦੇ ਯੱਕੇ ਦੀ, ਉਹਦਾ ਜਵਾਬ ਹੈ ਕਿ ਕੋਈ ਵੈਸੀ ਇਹਨਾਂ ਨੂੰ ਲੱਗਦਾ ਕਿ ਇਹ ਰੌਲਾ ਪਾ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਲਈ ਕੁਛ ਕਰ ਸਕਾਂਗੇ? ਇਹ ਵੀ ਦਬਾਅ ਹੈ ਹੀ ਹੈ। ਪਹਿਲੇ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਹਿੱਸੇ ਦਾ GST ਮਾਫ਼ ਕੀਤਾ ਤਾਂ ਇਹਦੇ ਉੱਤੇ ਇੱਕ ਨੈਤਿਕ ਦਬਾਅ ਅਕਾਲੀ ਦਲ ਦੇ ਉੱਤੇ ਬਣ ਗਿਆ ਸੀਗਾ ਕਿ ਜੇਕਰ ਸੂਬਾ ਸਰਕਾਰ ਇਹ ਆਪਣਾ ਟੈਕਸ ਖਤਮ ਕਰ ਸਕਦੀ ਹੈ ਤਾਂ ਅਕਾਲੀ ਦਲ ਜੋ ਕਿ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਹੈ, ਉੱਥੇ ਕੇਂਦਰ ਦੇ ਵਿੱਚ ਉਸਦੀ ਸਰਕਾਰ ਹੈ, ਤਾਂ ਇਹ ਆਪਣਾ ਦਬਾਅ ਪਾ ਕੇ ਕਿਉਂ ਨਹੀਂ ਕਰ ਸਕਦਾ ਹੈਗਾ? ਇਸ ਗੱਲ ਕਰਕੇ ਜਿਸ ਤਰੀਕੇ ਨਾਲ ਇਹਨਾਂ ਦੀ ਕਿਰਕਰੀ ਹੋ ਰਹੀ ਸੀਗੀ ਅਤੇ ਉਸ ਦੀ ਭਰਪਾਈ ਕਰਨ ਵਾਸਤੇ ਇਹ ਲਗਾਤਾਰ ਦਬਾਅ ਪਾ ਰਹੇ ਸੀਗੇ। ਦੂਜੇ ਪਾਸੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਕੌਮੀ ਜਮਹੂਰੀ ਗਠਜੋੜ ਭਾਜਪਾ ਵੀ ਜਿਹੜੀ ਹੈਗੀ ਹੈ ਦਬਾਅ ਦੇ ਵਿੱਚ ਸੀ, ਹੁਣ ਵੀ ਹੈ ਵੀ ਕਿਤੇ ਨਤੀਸ਼ ਕੁਮਾਰ ਵੀ ਉਹਨਾਂ ਨੂੰ ਹੁਣ ਤਾਂ GST ਦੇ ਖਿਲਾਫ਼ ਹੋ ਗਿਆ। ਇੱਕ ਦਰਸ਼ਕ ਹੋਰ ਜੁੜੇ ਨੇ ਸਾਡੇ ਨਾਲ, ਹੈਲੋ। ਹਾਂਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਸਿੱਖਾ ਬੋਲਿਆ ਜੀ ਲੁਧਿਆਣੇ ਤੋਂ। ਹਾਂਜੀ ਸਿੱਖਾ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਨਾ, ਜੇ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਗਾਇਆ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਲੰਗਰ ਚੱਲ ਰਹੇ, ਹੁਣ ਖਾਲਸਾ ਏਡ ਵਾਲੇ ਨੇ ਵਰਲਡ ਵਾਈਡ ਜਿਹੜਾ ਲੰਗਰ ਚਲਾਉਂਦੇ, ਜੀ ਜੀ ਬਿਲਕੁਲ, ਸਾਨੂੰ ਮੈਂ ਕਿਹਾ ਇੱਕ ਬੜਾ ਮਾਣ ਹੋਣਾ ਚਾਹੀਦਾ ਕਿ ਸਿੱਖਾਂ ਦੀ ਕੋਲੋਂ ਇੱਕ GST ਲੈ ਕੇ ਇੰਡੀਆ ਗੌਰਮੈਂਟ ਆਪਣੀ ਗੌਰਮੈਂਟ ਚਲਾ ਰਹੀ ਹੈ। ਜੀ ਜੀ ਜੀ, ਮੈਂ ਕਹਿੰਦਾ ਸਾਨੂੰ ਮਾਣ ਹੋਣਾ ਚਾਹੀਦਾ, ਸਾਨੂੰ GST ਕਿਉਂ ਮਾਫ਼ ਕਰਾਉਣੀ ਚਾਹੀਦੀ? ਜੀ ਬਿਲਕੁਲ ਠੀਕ ਹੈ, ਸ਼ੁਕਰੀਆ ਜੀ ਤੁਹਾਡੀ ਗੱਲ ਅਸੀਂ। ਸਿੱਧੂ ਸਾਹਿਬ, ਇਹ ਜੋ ਅਸੀਂ ਦਰਸ਼ਕ ਜਿੰਨੇ ਸਾਡੇ ਨਾਲ ਜੁੜ ਰਹੇ ਨੇ ਉਹਦੇ 'ਚ ਜ਼ਿਆਦਾ ਗਿਣਤੀ 'ਚ ਉਹਨਾਂ ਦਾ ਇਹ ਖਿਆਲ ਹੈ ਕਿ ਇਹ ਇੱਕ ਪਰੰਪਰਾ ਜਿਹੜੀ ਸਿੱਖੀ ਪਰੰਪਰਾ ਤੋਂ ਹਟ ਕੇ ਗੱਲ ਹੋ ਰਹੀ ਹੈ। ਤੁਸੀਂ ਕਿਉਂਕਿ ਸਿੱਖ ਚਿੰਤਕ ਹੋ, ਤੁਸੀਂ ਪੜ੍ਹਾ ਰਹੇ ਹੋ, ਲਿਖੇ ਰਹੇ ਹੋ,
ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਪਹਿਲਾਂ ਵੀ ਗੱਲ ਸ਼ੁਰੂ ਚ ਕੀਤੀ ਸੀ ਕਿ ਸਿੱਖ ਪਰੰਪਰਾ ਦੇ ਉਲਟ ਹੈ ਜੀ, ਜਾਂ ਜੋ ਕੇਂਦਰ ਸਰਕਾਰ ਨੇ ਜੋ ਕੀਤਾ ਸਾਰੀ ਮੁਲਕ ਦਾ ਇੱਕ ਕੇਂਦਰੀਕਰਨ ਇੱਕ ਰਾਸ਼ਟਰੀਕਰਨ ਦੀ ਨੀਤੀ ਦੇ ਤਹਿਤ ਸਾਡੀ ਜਿਹੜੀ ਸਿੱਖ ਪਹਿਚਾਣ ਦੀ ਲੰਗਰ ਦੀ ਜਿਹੜੀ ਹੋਂਦ ਹੈ ਉਹਨੂੰ ਇੱਕ ਨੈਸ਼ਨਲ ਜਿਹੜੀ ਆਈਡੈਂਟੀ ਹੈ ਉਹਦੇ ਵਿੱਚ ਮਰਜ ਕਰਨ ਦੀ, ਇਹਦੇ ਪਿੱਛੇ ਬਿਹਾਇੰਡ ਇੱਕ ਪੋਲੀਟੀਕਲ ਏਜੰਡਾ ਜਿਹੜਾ ਕਿ ਕੇਂਦਰ ਦੀ ਸਰਕਾਰ ਦਾ, ਅਤੇ ਸਿੱਖ ਆਪਣੀ ਹੋਂਦ ਦੇ ਲਈ, ਆਪਣੀ ਪਹਿਚਾਣ ਦੇ ਲਈ, ਆਪਣੇ ਗੁਰੂ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਦੇ ਲਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਲੰਗਰ ਨੂੰ ਚੱਲਦਾ ਰੱਖਣਗੇ। ਉਹਨਾਂ ਨੂੰ ਕਿਸੇ ਕਿਸਮ ਦੀ ਭੀਖ ਦੀ ਜਾਂ ਕਿਸੇ ਕਿਸਮ ਦੀ ਤਰਸ ਦੇ ਪਾਤਰ ਬਣਾਉਣ ਦੀ ਲੋੜ ਨਹੀਂ ਹੈ। ਦੁਨੀਆਂ ਭਰ ਦੇ ਵਿੱਚ ਸਿੱਖ ਲੰਗਰ ਚਲਾ ਰਹੇ ਨੇ, ਜਿਸ ਤਰ੍ਹਾਂ ਅਸੀਂ ਜਿੰਨੇ ਦਰਸ਼ਕਾਂ ਨੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਜੋ ਲੰਗਰ ਦੀ ਪ੍ਰਥਾ ਸਾਨੂੰ ਦਿੱਤੀ ਹੈ, ਅਸੀਂ ਪੂਰੇ ਮਾਣ ਦੇ ਨਾਲ ਜਿੰਨਾ ਇਹ ਤਰਸ ਕੇਂਦਰ ਸਰਕਾਰ ਨੇ ਦੇਣਾ ਉਹਨਾਂ ਦਾ ਇੱਕ ਸਿੱਖ ਦਾਨ ਦੇ ਸਕਦੇ, ਬਿਲਕੁਲ ਦੇ ਸਕਦੇ। ਸਿੱਧੂ ਸਾਹਿਬ, ਜਿਹੜੀ ਇਹ ਇਸ ਕਿਸਮ ਦੀ ਜਿਹੜੀ ਆ ਚਰਚਾ, ਜਿਹੜੀ ਜਿਵੇਂ ਇਹਨਾਂ ਨੇ ਕਿਹਾ ਕਿ ਪਰੰਪਰਾ ਦੇ ਖਿਲਾਫ ਚੱਲ ਰਿਹਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਦੌਰਾਨ ਇਹਨਾਂ ਨੂੰ ਕੋਈ ਪੋਲੀਟੀਕਲ ਬੈਨੀਫਿਟ ਹੋਊਗਾ ਜਦੋਂ ਇੰਨੀ ਚਰਚਾ ਹੋਣੀ ਸ਼ੁਰੂ ਹੋਣੀ? ਪੋਲੀਟੀਕਲ ਬੈਨੀਫਿਟ ਜਿਹੜਾ ਮੇਰੇ ਖਿਆਲ 'ਚ ਲੈਣ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਜਿਵੇਂ ਅੱਜ ਚਰਚਾ ਹੋਈ ਹੈ, ਬਾਕੀ ਵੀ ਜਿਹੜੇ ਪੜ੍ਹੇ ਲਿਖੇ ਸਿੱਖ ਨੇ ਜਾਂ ਹੋਰ ਨੇ ਜਾਂ ਸਾਡੇ ਵਰਗੇ ਜਿਹੜੇ ਆਮ ਬੰਦੇ ਸ਼ਹਿਰੀ ਨੇ, ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਜਿਸ ਕੌਮ ਨੇ ਦਾਨ ਦਿੱਤਾ, ਜਿਸ ਕੌਮ ਨੇ ਪ੍ਰਥਾ ਚਲਾਈ ਗਰੀਬ ਗਰਬੇ ਵਾਸਤੇ, ਜਿਸ ਕੌਮ ਨੇ ਕਿਹਾ ਵੀ ਇਹ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਹਰ ਇੱਕ ਨੂੰ ਲੰਗਰ ਮਿਲੂਗਾ, ਉਹ ਲੰਗਰ ਕਦੇ ਸਰਕਾਰਾਂ ਨੇ ਨਹੀਂ ਸੀ ਦਿੱਤੇ ਕਦੇ। ਉਸ ਲੰਗਰ ਜਿਹੜੇ ਹਮੇਸ਼ਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਾਰੇ ਅਰਸੇ ਵਿੱਚ ਸੰਗਤ ਨੇ ਚਲਾਏ ਨੇ। ਬਿਲਕੁਲ, ਜਦੋਂ ਸੰਗਤ ਨੂੰ GST ਉਦੋਂ ਵੀ ਜਜ਼ੀਆ ਲਿਆ ਜਾਂਦਾ ਸੀ, ਜਜ਼ੀਆ ਵੀ ਲਿਆ ਜਾਂਦਾ ਸੀ, ਜਬਰੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਬਹੁਤ ਕੁਛ ਹੋਇਆ। ਔਰੰਗਜ਼ੇਬ ਦੇ ਜ਼ਮਾਨੇ 'ਚ ਜਦੋਂ ਸਾਰਾ ਕੁਛ ਤਸ਼ੱਦਦ ਕੀਤੇ ਜਾਂਦੇ ਸੀਗੇ, ਲੰਗਰ ਦੀ ਪ੍ਰਥਾ ਉਦੋਂ ਵੀ ਚੱਲਦੀ ਰਹੀ, ਸਾਡੇ ਲੰਗਰ ਲੁੱਟੇ ਗਏ ਕਈ ਜਗ੍ਹਾ ਤੇ ਉਹਨਾਂ ਦਿਨਾਂ 'ਚ, ਲੇਕਿਨ ਨਹੀਂ, ਸਿੱਖ ਕੌਮ ਦੇ ਵਿੱਚ ਇੱਕ ਜਜ਼ਬਾ ਹੈ, ਲੰਗਰ ਕੋਈ ਇਹੀ ਜਿਹੀ ਚੀਜ਼ ਨਹੀਂ ਹੈ ਜਿਹਨੂੰ ਅਸੀਂ ਕੋਈ ਸੋਚ ਕੇ ਪੈਸੇ ਨਾਲ ਚਲਾਇਆ, ਲੰਗਰ ਇੱਕ ਜਜ਼ਬੇ ਨਾਲ ਚੱਲਦਾ ਹੈ। ਸਿੱਖ ਕੌਮ ਦਾ ਜਜ਼ਬਾ ਐਡਾ ਵੱਡਾ ਹੈ ਕਿ ਸਿੱਖ ਕੌਮ ਲੰਗਰ ਵਾਸਤੇ ਕਿਤੋਂ ਵੀ ਕਿਤਨਾ ਵੀ ਹਰ ਵਕਤ ਜਾਣ ਕਰਨ ਨੂੰ ਤਿਆਰ ਹੈ। ਸਤਪਾਲ ਜੀ, ਮੈਂ ਗੁਰਮੀਤ ਸਿੱਧੂ ਹੋਰਾਂ ਤੋਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ। ਸਿੱਧੂ ਸਾਹਿਬ, ਇਹ ਕਿਤੇ ਇਹ ਤਾਂ ਨਹੀਂ ਹੈ ਕਿ ਲੰਗਰ ਤੇ ਭੰਡਾਰਾ ਇਹ ਦੋਨੋਂ ਨੂੰ ਇੱਕ ਕਰਨਾ ਚਾਹੁੰਦੇ ਨੇ? ਬਿਲਕੁਲ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਗੱਲ ਕਰ ਚੁੱਕਿਆ ਕਿ ਜਿਹੜਾ ਲੰਗਰ ਦੀ ਲੰਗਰ ਕਦੇ ਵੀ ਕਿਸੇ ਵੀ ਹਕੂਮਤ ਸਰਕਾਰ ਬਾਦਸ਼ਾਹ ਦੀ ਮਰਸੀ ਤੇ ਨਹੀਂ ਚੱਲਦਾ, ਲੰਗਰ ਸੰਗਤ ਦੇ ਨਾਲ ਚੱਲਦਾ। ਜਿੱਥੋਂ ਤੱਕ ਭੰਡਾਰੇ ਦੀ ਗੱਲ ਹੈ, ਭੰਡਾਰਾ ਪਾਰਟੀਕੁਲਰ ਇੱਕ ਟਾਈਮ ਤੇ ਹੁੰਦਾ, ਇੱਕ ਦਿਨ ਦੇ ਲਈ ਕੀਤਾ, ਉਸ ਤੋਂ ਬਾਅਦ ਸੰਗਤ ਨੇ ਜਿਹੜੀ ਉਹਨਾਂ ਦੀ ਮੰਦਰ ਦੀ ਮਰਿਆਦਾ ਦੇ ਮੁਤਾਬਕ ਗੱਲ, ਇੱਥੇ ਇੱਕ ਕੰਟੀਨਿਊਸ ਜਿਹੜਾ ਵੀ ਕੋਈ ਬੰਦਾ ਗੁਰਦੁਆਰੇ 'ਚ ਆਉਂਦਾ ਉਹ ਭਾਵੇਂ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, ਕਿਸੇ ਵੀ ਇਲਾਕੇ ਦਾ, ਉਹਨੂੰ ਗੁਰਦੁਆਰੇ ਦੇ ਵਿੱਚ ਇੱਕ ਭੋਜਨ ਮਿਲੇਗਾ, ਰਹਿਣ ਲਈ ਸਥਾਨ ਮਿਲੇਗਾ, ਕੱਪੜਾ ਮਿਲੇਗਾ, ਔਰ ਜਲ ਪਾਣੀ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਜਿਹੜੀ ਸਿੱਖ ਹੈ ਉਹ ਦਿੰਦੇ ਨੇ। ਪਰ ਇਹ ਦਿੰਦੀ ਸਿੱਖ ਸੰਗਤ ਹੈ ਜੀ, ਬਿਲਕੁਲ। ਇੱਕ ਬੰਦਾ ਕਦੇ ਵੀ ਲੰਗਰ ਨੂੰ ਜੇ ਕਹੇਗਾ ਕਿ ਮੈਂ ਇਕੱਲਾ ਲੰਗਰ ਚਲਾ ਦਾਂਗਾ, ਸਿੱਖ ਇਹਨੂੰ ਪ੍ਰਵਾਨ ਨਹੀਂ ਕਰਨਗੇ, ਭਾਵੇਂ ਕਿਸੇ ਦਾ 1 ਰੁਪਿਆ ਹੋਵੇ, ਭਾਵੇਂ ਕਿਸੇ ਦਾ 1 ਲੱਖ ਰੁਪਿਆ ਹੋਵੇ, ਲੰਗਰ ਦੇ ਵਿੱਚ ਜਾ ਕੇ ਮਰਜ ਹੋ ਜਾਂਦਾ। 1 ਲੱਖ ਦੇਣ ਵਾਲਾ ਵੀ ਦਾਨੀ ਹੈ ਉੱਥੇ, 1 ਰੁਪਿਆ ਦੇਣ ਵਾਲਾ ਵੀ ਦਾਨੀ ਹੈ, ਤੇ ਹਕੂਮਤ ਦਾ ਜਿਹੜਾ ਲੰਗਰ ਹੈ ਕਦੇ ਵੀ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ। ਜੀ ਬਿਲਕੁਲ, ਸੇਵਕਾਂ ਦਾ ਲੰਗਰ ਹੈ ਜਿਹੜਾ ਸੰਗਤ ਦਾ ਲੰਗਰ। ਜਿਹੜੀ ਸਾਡੀ ਇਹ ਚਰਚਾ ਕਿ GST ਦਾ ਜਿਹੜਾ ਪੈਸਾ, ਜਿਹੜਾ ਟੈਕਸ ਦਾ ਪੈਸਾ ਹੈ, ਪੰਜਾਬ ਸਰਕਾਰ ਨੇ ਜਿਹੜਾ ਹੈ ਉਹ ਕੀਤਾ ਸੀ ਮਾਫ, ਔਰ ਜਿਹੜੀ ਕੇਂਦਰ ਸਰਕਾਰ ਨੇ ਇੱਕ ਕਲਚਰ ਅਫੇਅਰ ਦੇ ਵਿਭਾਗ ਦੇ ਵਿੱਚੋਂ ਇੱਕ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਗਰਾਮ, ਸਹਾਇਤਾ ਦਾ ਪ੍ਰੋਗਰਾਮ ਸ਼ੁਰੂ ਕਰਕੇ ਉਹ ਟੈਕਸ ਨੂੰ ਵਾਪਸ ਕਰਨ ਦੀ ਜਿਹੜੀ ਯੋਜਨਾ ਬਣਾਈ ਹੈ ਸਹਾਇਤਾ ਵਜੋਂ, ਉਹਦੇ ਬਾਰੇ ਜਿਹੜੀ ਹੈ ਆਮ ਲੋਕਾਂ ਦੇ ਵਿੱਚ ਚਰਚਾ ਤੁਸੀਂ ਵੀ ਸੁਣੀ ਹੈ, ਜਿੰਨੇ ਵੀ ਸਾਡੇ ਨਾਲ ਦਰਸ਼ਕ ਫੋਨ ਲਾਈਨ 'ਤੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਵੀ ਇਹ ਖਿਆਲ ਹੈ, ਪੈਨਲਿਸਟ ਜਿਹੜੇ ਸਾਡੇ ਨੇ ਉਹਨਾਂ ਦਾ ਵੀ ਖਿਆਲ ਹੈ ਕਿ ਸਿੱਖਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਪਰੰਪਰਾਵਾਂ ਨੇ, ਗੁਰੂ ਨਾਨਕ ਬਾਬੇ ਨੇ, ਮੈਂ ਸਵੇਰੇ ਆਪਣੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਔਰ ਲਿਖਿਆ ਵੀ ਸੀ ਇਹਦੇ ਬਾਰੇ। ਮੈਂ ਪਾਕਿਸਤਾਨ ਦੇ ਵਿੱਚ ਮੈਨੂੰ ਇੱਕ ਪ੍ਰੋਫੈਸਰ ਮਿਲਿਆ, ਉਹ ਕਹਿੰਦਾ ਮੈਂ ਆਪਣੇ ਅੱਬੂ ਨੂੰ ਪੁੱਛਿਆ ਸੀ ਕਿ ਅੱਬੂ ਇਹ ਲੋਕ ਕਿਵੇਂ, ਹਾਓ ਦੇ ਕੈਨ ਪ੍ਰੋਵਾਈਡ ਫੂਡ, ਫ੍ਰੀ ਫੂਡ ਫੋਰ ਐਵਰੀ ਵਨ ਸਿੰਸ ਏ ਲੋਂਗ ਟਾਈਮ, ਜਦੋਂ ਜਿਹੜੇ ਜੰਮੂ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਜਲਜਲਾ ਆਇਆ ਸੀ। ਕਹਿੰਦਾ ਮੇਰਾ ਅੱਬੂ ਨੇ ਜਵਾਬ ਦਿੱਤਾ ਸੀ, ਕਾਕਾ ਇਹਨਾਂ ਦਾ ਇੱਕ ਪੀਰ ਹੋਇਆ ਨਾਨਕ, ਉਹਨੇ ਛੋਟੀ ਉਮਰ 'ਚ 20 ਰੁਪਏ ਦੀ FD ਕਰਵਾਈ ਸੀ, ਉਹਨੂੰ ਭੰਡਾ ਰਹੇ ਨੇ। ਇੱਥੇ ਤਾਂ ਬਾਬਾ ਨਾਨਕ ਦੀ FD ਦੀ ਜਿਹੜੀ ਚੱਲ ਰਹੀ ਹੈ ਉਹ ਚੱਲ ਰਹੀ ਹੈ। ਅਸੀਂ ਲੋਕ ਇਹ ਸਮਝਦੇ ਨੇ ਕਿ ਕਿਸੇ ਇਸ ਤਰ੍ਹਾਂ ਦੇ ਕਿਸੇ ਦਾਨ 'ਤੇ ਕਿਸੇ ਭੀਖ 'ਤੇ ਲੰਗਰ ਨਹੀਂ ਚੱਲਦਾ। ਇਹ ਚਰਚਾ ਹੋਰ ਵੀ ਜਾਰੀ ਰਹੇਗੀ। ਤੁਸੀਂ ਅੱਜ ਸਾਡੇ ਨਾਲ ਜੁੜੇ ਦਰਸ਼ਕ ਜੀ,
गुरमीत सिद्धू जी, सतपाल सिंह सिद्धू साहब और प्यारे दर्शकों, तुसी फोन लाइन से जुड़े और अदरवाइज साडे नाल चर्चा चाहे, तुहाडा सब का बहुत बहुत धन्यवाद।